ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਐਸ ਕੇ ਸ਼ਰਮਾ। ਇਸ ਟਾਈਮ ਅਸੀਂ ਖੜ੍ਹੇ ਹੋਏਗੇ ਪਟਿਆਲਾ ਵਿੱਚ, ਜਿੱਥੇ ਕਿ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ ਜਿਹੜਾ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਹੋਇਆ। ਪ੍ਰਧਾਨ ਸਾਹਿਬ ਦੇ ਨਾਲ ਗੱਲ ਕਰਦੇ ਹਾਂ, ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਜਿਹੜਾ ਧਰਨਾ ਇੱਥੇ ਦਿੱਤਾ ਹੋਇਆ ਗਾ। ਸਰ, ਕੀ ਕਹਿਣਾ ਚਾਹੋਗੇ ਇਸ ਧਰਨੇ ਦੇ ਬਾਰੇ? ਧਰਨਾ ਸਾਡਾ ਜਿਹੜੀ ਭੁੱਖ ਹੜਤਾਲ ਸ਼ੁਰੂ ਹੋਈ ਹੈ ਜੀ, ਮੇਰੀ ਭੁੱਖ ਹੜਤਾਲ ਹੈ 3 ਦਿਨਾਂ ਵਾਸਤੇ। ਸਾਡੀ ਮੁੱਖ ਮੰਗ ਹੈਗੀ ਹੈ ਜੀ, ਇੱਕ ਤਾਂ ਜੀ ਜਿਹੜਾ 22,000 ਮੁਲਾਜ਼ਮ ਨੂੰ ਪੱਕਾ ਕਰਨ ਵਾਸਤੇ ਐਕਟ ਬਣਾਇਆ ਜਾਵੇ, ਉਹਨੂੰ ਇੰਪਲੀਮੈਂਟ ਕੀਤਾ ਜਾਵੇ। ਦੂਸਰਾ, ਜਿਹੜਾ ਸੁਬਾ ਦੇ ਮੁਲਾਜ਼ਮ ਸੀਗੇ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ, ਉਹਨਾਂ ਨੂੰ ਬਹਾਲ ਕੀਤਾ ਗਿਆ। ਜੋ ਸਰਕਾਰ ਇਸ ਟਾਈਮ ਰੂਲਿੰਗ ਪਾਰਟੀ ਸਾਡੀ ਹੈਗੀ ਹੈਗੀ, ਇਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਵੀ 100 ਦਿਨਾਂ ਦੇ ਅੰਦਰ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰੰਤੂ ਇਸ ਸਰਕਾਰ ਵੱਲੋਂ ਹਜੇ ਤੱਕ ਸਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ। 5 ਵਾਰੀ ਸਾਡੇ ਮੀਟਿੰਗ ਦਾ ਸਮਾਂ ਦੇ ਚੁੱਕੇ ਨੇ ਕਿ ਇਹ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਇੱਕ ਪ੍ਰਾਂਤ ਦਾ ਮੁੱਖ ਮੰਤਰੀ 5 ਵਾਰੀ ਦਾ ਸਮਾਂ ਦੇ ਚੁੱਕਾ ਹੋਵੇ ਪਰੰਤੂ ਸਾਡੇ ਨਾਲ ਮੀਟਿੰਗ ਨਾ ਕਰੇ। ਰੈਗੂਲਰ ਕਰਨਾ, ਐਕਟ ਨੂੰ ਲਾਗੂ ਕਰਨਾ, ਉਹ ਇੱਕ ਗੱਲਾਂ ਬਾਅਦ ਨੇ। ਇੱਕ ਪ੍ਰਾਂਤ ਦਾ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਕਿਉਂ ਨਹੀਂ ਕਰ ਰਿਹਾ? ਅਸੀਂ ਸਭ ਮੇਨ ਮੰਗ ਸਾਡੀ ਇਹ ਵੀ ਸਾਡੇ ਨਾਲ ਮੀਟਿੰਗ ਕੀਤੀ ਜਾਵੇ, ਸਾਨੂੰ ਉਸ ਵਿੱਚ ਜਵਾਬ ਦਿੱਤੇ ਜਾਣ ਵੀ ਜਿਹੜਾ ਐਕਟ ਲਾਗੂ ਕੀਤਾ ਗਿਆ ਸੀਗਾ ਉਹਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ? ਸਾਡਾ ਇਹ ਧਰਨਾ ਚੱਲੇਗਾ 11 ਤਰੀਕ ਨੂੰ ਅਸੀਂ ਇੱਥੇ ਕੀ ਕਹਿੰਦੇ ਹੁੰਦੇ ਭੁੱਖ ਹੜਤਾਲ ਤੋਂ ਬਾਅਦ ਰੋਸ ਮਾਰਚ ਕੀਤਾ ਜਾਵੇਗਾ ਪਟਿਆਲਾ ਸ਼ਹਿਰ ਦੇ ਵਿੱਚ। ਰੋਸ ਮਾਰਚ ਤੋਂ ਬਾਅਦ 12 ਤਰੀਕ ਤੋਂ ਅਸੀਂ ਜ਼ਿਲ੍ਹਾ ਲੈਵਲ ਦੇ ਉੱਤੇ ਆਰਥਿਕ ਭੁੱਖ ਮੁਜ਼ਾਹਰਾ ਕੀਤੀ। ਹਾਲੇ ਤੱਕ ਕੋਈ ਸੁਣਵਾਈ ਕਿਸੇ ਨੇ ਕੋਈ ਆਇਆ ਤੁਹਾਡਾ ਧਰਨਾ ਚੁਕਾਉਣ ਲਈ ਜਾਂ ਨਹੀਂ ਆਇਆ? ਸਾਡੇ ਕੋਲ ਧਰਨਾ ਚੁਕਾਉਣ ਵਾਸਤੇ ਇਸ ਵੇਲੇ ਕਾਂਗਰਸ ਦੇ ਵਾਈਸ ਪ੍ਰਧਾਨ ਮਿਸਟਰ ਸੁਰਿੰਦਰਜੀਤ ਸਿੰਘ ਵਾਲੀਆ ਜੀ ਆਏ ਨੇ ਕਿ ਉਹਨਾਂ ਦੀ ਸਰਕਾਰ ਨਾਲ ਗੱਲਬਾਤ ਹੋਈ ਹੈ ਜੀ। ਉਹਨਾਂ ਵੱਲੋਂ ਦੱਸਿਆ ਜਾ ਰਿਹਾ ਗਿਆ ਕਿ ਵੀ ਤੁਹਾਡੀ 18 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ। ਅਸੀਂ ਵੀ ਆਪਦੀ ਕਮੇਟੀ ਦੇ ਲੈਵਲ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਵੀ ਕੀ ਇਹ ਹੈਗਾ, ਆਪਾਂ ਨੂੰ ਧਰਨਾ ਚੱਕਣਾ ਚਾਹੀਦਾ ਜਾਂ ਨਹੀਂ, ਕੰਟੀਨਿਊ ਕਰਨਾ ਚਾਹੀਦਾ ਹੈਗਾ, ਜੇ ਬਹੁਤ ਜਲਦ ਅਸੀਂ ਇਹ ਫੈਸਲਾ ਲੈ ਰਹੇ ਹਾਂ ਜੀ। ਸੁਰਿੰਦਰਜੀਤ ਸਿੰਘ ਵਾਲੀਆ ਜੀ ਇਸ ਟਾਈਮ ਸਾਡੇ ਨਾਲ ਇਸ ਧਰਨੇ ਦੇ ਉੱਪਰ ਖੜ੍ਹੇ ਨੇਗੇ, ਜੋ ਕਿ ਧਰਨਾ ਚੁਕਵਾਉਣ ਦੇ ਲਈ ਆਏ ਸੀ। ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਕੀ ਕਹਿਣਾ ਇਸ ਧਰਨੇ ਨੂੰ ਲੈ ਕੇ ਸਰ ਤੁਹਾਡਾ? ਪੰਜਾਬ ਦੇ ਠੇਕਾ ਮੁਲਾਜ਼ਮਾਂ ਦੀ ਐਕਸ਼ਨ ਕਮੇਟੀ ਜੋ ਕਾਫੀ ਲੰਬੇ ਸਮੇਂ ਤੋਂ ਆਪਣੇ ਸੰਘਰਸ਼ ਹੈ ਮੰਗਾਂ ਦੇ ਸੰਬੰਧ 'ਚ, ਉਹਨਾਂ ਦੀਆਂ ਮੰਗਾਂ ਨੂੰ ਲੈ ਕੇ, ਉਹਨਾਂ ਦੇ ਲੀਡਰ ਸਾਹਿਬਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਇਹਨਾਂ ਦੀ ਅਸੀਂ ਗੱਲਬਾਤ ਕਰਵਾਤੀ ਔਰ ਛੇਤੀ ਹੀ ਇਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਉਹ ਪ੍ਰਵਾਨ ਕੀਤੀਆਂ ਜਾਣਗੀਆਂ। ਉਹਨਾਂ ਦੇ ਜਿਹੜੇ ਲੀਡਰ ਸਾਹਿਬਾਨ ਸੀਗੇ ਪੰਜਾਬ ਪੱਧਰ ਦੇ, ਉਹਨਾਂ ਨੇ ਇਹ ਅੱਜ ਫੈਸਲਾ ਲਿਆ ਕਿ ਅਸੀਂ ਅੱਜ ਮੰਨ ਵਾਲਾ ਜਿਹੜਾ ਭੁੱਖ ਹੜਤਾਲ ਹੈ ਇਹਨੂੰ ਅਸੀਂ ਖੋਲ੍ਹ ਕੇ ਸਰਕਾਰ ਨਾਲ ਬੈਠ ਕੇ ਟੇਬਲ 'ਤੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਨੂੰ ਰੱਖਾਂਗੇ ਅਤੇ ਸਰਕਾਰ ਜਿਹੜੀ ਹੈ ਉਹ ਹਮਦਰਦੀ ਦੇ ਨਾਲ ਇਹਨਾਂ ਦੀਆਂ ਮੰਗਾਂ ਜਿਹੜੀਆਂ ਪ੍ਰਵਾਨ ਕਰਨ ਜਾ ਰਹੀ ਹੈ। ਉਹਨਾਂ ਦੇ ਅਧੀਨ ਦੇ ਮੁਤਾਬਕ ਹੀ ਅੱਜ ਇਹਨਾਂ ਦਾ ਜਿਹੜਾ ਭੁੱਖ ਹੜਤਾਲ ਹੈ ਉਹ ਜੂਸ ਪਿਲਾ ਕੇ ਇਹਨਾਂ ਦੇ ਨੁਮਾਇੰਦੇ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਹਨ ਉਹਨਾਂ ਦੀ ਅਸੀਂ ਜਾ ਰਹੇ ਹਾਂ। ਕਿੰਨੇ ਦਿਨਾਂ ਤੋਂ ਚੱਲ ਰਿਹਾ ਸਰ ਇਹ ਧਰਨਾ? ਜਿਹੜਾ ਸਰ ਇਹਨਾਂ ਦੇ ਹੱਕ ਦੇ ਵਿੱਚ ਸੀਗਾ, ਐਕਟ ਬਣ ਚੁੱਕਿਆ ਸੀਗਾ, ਉਹ ਕੀ ਦਿੱਕਤ ਆ ਰਹੀਆਂ ਨੇ ਕਿ ਲਾਗੂ ਨਹੀਂ ਹਾਲੇ ਤੱਕ ਗੌਰਮੈਂਟ ਕਰ ਸਕੀ? ਤੁਹਾਨੂੰ ਪਤਾ ਵੀ ਪੰਜਾਬ ਦੀ ਆਰਥਿਕ ਸਥਿਤੀ ਮਾੜੀ ਹੈ ਕਿ ਜਿਹੜੇ ਰੈਗੂਲਰ ਪਹਿਲੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਜਿਹੜੀ ਤਨਖਾਹ ਦੇਣ ਜਿਹੜੀ ਹੈ ਅਸਮਰਥ ਜਾ ਰਹੀ ਹੈ। ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਆਪਣਾ ਵਿੱਤੀ ਜਿਹੜਾ ਹੈ ਢਾਂਚਾ ਉਹਨੂੰ ਦਰੁਸਤ ਕਰਕੇ ਜਿਹੜੇ ਮੁਲਾਜ਼ਮ ਪਹਿਲੇ ਹਨ ਉਹਨਾਂ ਦੀਆਂ ਪ੍ਰਮੋਸ਼ਨਾਂ ਵੀ ਕਰੀਏ, ਜਿਹੜੇ ਠੇਕੇ ਵਾਲੇ ਮੁਲਾਜ਼ਮ ਹਨ ਇਹਨਾਂ ਨੂੰ ਰੈਗੂਲਰ ਵੀ ਕਰੀਏ। ਉਸ ਜਿਹੜਾ ਸਾਰਾ ਪਹਿਲੀ ਸਰਕਾਰ ਨੇ ਆਪਣੇ ਸਮੇਂ ਦੌਰਾਨ ਇੰਨਾ ਜ਼ਿਆਦਾ ਕਰਜ਼ਾ ਜਿਹੜਾ ਚੱਕ ਲਿਆ ਉਹਨਾਂ ਦਾ ਜਿਹੜਾ ਵਿਆਜ ਦੇਣਾ ਰੋਜ਼ ਦਾ ਉਹ ਵੀ ਸਰਕਾਰ ਵਾਸਤੇ ਇੱਕ ਵੱਡੀ ਸਵਾਲੀਆ ਫਿਕਰਾ ਬਣਿਆ ਹੋਇਆ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਐਕਟ ਨੂੰ ਵੀ ਜਿਹੜਾ ਇੰਪਲੀਮੈਂਟ ਨਹੀਂ ਹੋ ਰਿਹਾ ਉਹ ਹੁਣ ਅਸੀਂ ਬੈਠ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਉਸ ਐਕਟ ਨੂੰ ਵੀ ਲਾਗੂ ਕੀਤਾ ਜਾਏ ਜਾਂ ਇਹਨਾਂ ਦੇ ਜੋ ਲੀਡਰ ਹੋਰ ਮੰਗਾਂ ਵੀ ਲੈ ਕੇ ਆਏ ਉਹਨਾਂ ਨੂੰ ਟੇਬਲ 'ਤੇ ਬੈਠ ਕੇ ਅਸੀਂ ਪੂਰਨ ਤੌਰ 'ਤੇ ਹਮਦਰਦੀ ਨਾਲ ਜਿਹੜਾ ਵਿਚਾਰ ਕਰੀਏ। ਜਿਹੜਾ ਇਹ ਐਕਟ ਆ ਸਰ ਕਿੰਨੇ ਕੁ ਸਮੇਂ ਤੱਕ ਤੁਹਾਡੇ ਹਿਸਾਬ ਨਾਲ ਜਿਹੜਾ ਲਾਗੂ ਕਰ ਦਿੱਤਾ ਜਾਏਗਾ? ਪੂਰੀ ਸਰਕਾਰ ਤਾਂ ਆਪਣੇ ਪੂਰੀ ਜਦੋਜਹਿਦ ਕਰ ਰਹੀ ਹੈ ਕਿ ਅਸੀਂ ਜਿਹੜਾ ਕਿ ਭਰੋਸਾ ਦਿੱਤਾ ਲੋਕਾਂ ਨੂੰ ਇਲੈਕਸ਼ਨਾਂ 'ਚ ਨੌਕਰੀਆਂ ਦਾ ਉਹ ਸਾਰੇ ਭਰੋਸੇ ਉਹਨਾਂ ਨੂੰ ਰਿਨਿਊ ਕਰਕੇ ਸਾਡੇ ਜਿਹੜੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੀ ਪੂਰੀ ਸੋਚ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੀਏ, ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹਨਾਂ ਨੂੰ ਬਰਕਰਾਰ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਜ਼ਮ ਵਰਕਰ ਕਲਾਸ ਹੈ ਜਿਹੜੀ ਨੁਮਾਇੰਦਾ ਜਥੇਬੰਦੀਆਂ ਉਹਨਾਂ ਨੂੰ ਆ ਕੇ ਇਹਨਾਂ ਦੀਆਂ ਗੱਲਾਂ ਪੂਰੀਆਂ ਕਰਨ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ
ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।